ਆ ਦੇਖੋ ਕਿੱਡਾ ਵੱਡਾ ਕਾਰਾ ਹੋ ਗਿਆ ਇਸ ਬਜ਼ੁਰਗ ਬੀਬੀ ਦੇ ਨਾਲ। ਗਲੀ ਦੇ ਵਿੱਚ ਤੁਰੀ ਜਾ ਰਹੀ ਸੀ, ਪਿੱਛੋਂ ਆ ਕੇ ਗਾਂ ਨੇ ਟੱਕਰ ਮਾਰ ਦਿੱਤੀ। ਗਾਂ ਇਸ ਬੀਬੀ ਨੂੰ ਧੂ ਕੇ ਲੈ ਗਈ, ਜਿਸ ਕਰਕੇ ਵਿਚਾਰੀ ਬੀਬੀ ਦੇ ਕਾਫੀ ਸੱਟਾਂ ਲੱਗੀਆਂ ਨੇ, ਬਜ਼ੁਰਗ ਹੱਡੀਆਂ ਤੇ ਸੱਟਾਂ ਲੱਗੀਆਂ ਨੇ, ਜਿਸ ਤੋਂ ਬਾਅਦ ਬੀਬੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਤਾਂ ਗਾਂ ਜਿਹੜੀ ਕਿ ਗਲੀ ਦੇ ਵਿੱਚ ਅਵਾਰਾ ਘੁੰਮ ਰਹੀ ਸੀ, ਅਚਾਨਕ ਉਸ 'ਤੇ ਕੁੱਤਾ ਭੌਂਕ ਪੈਂਦਾ ਹੈ। ਗਾਂ ਘਬਰਾ ਜਾਂਦੀ ਹੈ, ਭੱਜਣ ਲੱਗਦੀ ਹੈ ਕੁੱਤੇ ਤੋਂ, ਤਾਂ ਸਾਹਮਣੇ ਬੀਬੀ ਆ ਗਈ, ਜਿਸ ਕਾਰਨ ਬੀਬੀ ਦੇ ਵਿੱਚ ਜਾ ਕੇ ਟਕਰਾ ਜਾਂਦੀ ਹੈ ਗਾਂ, ਅਤੇ ਬੀਬੀ ਦੇਖੋ ਕਿਵੇਂ ਘਸੜਦੀ ਹੋਈ ਕਾਫੀ ਦੂਰ ਤੱਕ ਜਾ ਗਿਰਦੀ ਹੈ। ਤਾਂ ਬੀਬੀ ਦੇ ਸੱਟਾਂ ਲੱਗੀਆਂ ਨੇ, ਬਜ਼ੁਰਗ ਆਪਣੇ ਘਰ ਦੇ ਬਾਹਰ ਨਿਕਲੀ ਸੀ ਕਿਸੇ ਕੰਮ ਤੋਂ, ਤਾਂ ਉਸ 'ਤੇ ਨਾਲ ਇਹ ਕਾਂਡ ਹੋ ਗਿਆ, ਇਹ ਹਾਦਸਾ ਹੋ ਗਿਆ। ਤਾਂ ਸੀਸੀਟੀਵੀ ਦੇ ਵਿੱਚ ਟੱਕਰ ਮਾਰਦੀ ਹੋਈ ਗਾਂ ਵੀ ਕੈਦ ਹੋਈ ਹੈ। ਅਕਸਰ ਹੀ ਕਦੇ ਆਵਾਰਾ ਕੁੱਤੇ, ਕਦੇ ਆਵਾਰਾ ਗਾਂ, ਇਹਨਾਂ ਕਰਕੇ ਹਾਦਸੇ ਹੁੰਦੇ ਆਏ ਨੇ। ਲਗਾਤਾਰ ਪ੍ਰਸ਼ਾਸਨ ਤੇ ਮਿਊਂਸੀਪਲ ਕਮਿਸ਼ਨ ਦੇ ਉੱਤੇ, ਜਿਨ੍ਹਾਂ ਦੇ ਕੋਲ ਵਿਭਾਗ ਹੁੰਦਾ ਹੈ, ਉਹਨਾਂ 'ਤੇ ਸਵਾਲ ਖੜੇ ਕੀਤੇ ਜਾਂਦੇ ਨੇ, ਪਰ ਅਸਰ ਕੁਝ ਨਹੀਂ ਦਿਖਦਾ। ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਿਸ ਇਲਾਕੇ ਦੀ ਇਹ ਘਟਨਾ ਹੈ, ਉਸੇ ਇਲਾਕੇ ਦੇ ਵਿੱਚ 3 ਗਊਸ਼ਾਲਾ ਬਣੀਆਂ ਹੋਈਆਂ ਨੇ, ਪਰ ਫਿਰ ਵੀ ਗਾਵਾਂ ਅਵਾਰਾ ਗਲੀਆਂ ਦੇ ਵਿੱਚ ਘੁੰਮਦੀਆਂ, ਤੇ ਇਹਨਾਂ ਕਰਕੇ ਹਾਦਸੇ ਵੀ ਹੁੰਦੇ ਨੇ। ਅੱਗੇ ਵੀ ਕਈ ਵਾਰ ਗਾਵਾਂ ਕਰਕੇ ਗੱਡੀਆਂ ਦੇ ਐਕਸੀਡੈਂਟ ਹੋਏ ਨੇ। ਗਾਂ ਦੀ ਤਾਂ ਜਾਨ ਜਾਂਦੀ ਹੀ ਜਾਂਦੀ ਹੈ, ਨਾਲ ਦੀ ਨਾਲ ਜਿਹੜੇ ਗੱਡੀ ਚਲਾ ਰਹੇ ਹੁੰਦੇ ਨੇ ਲੋਕ, ਉਹਨਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਗਵਾਉਣਾ ਪੈਂਦਾ ਹੈ। ਗਲਤੀ ਕਿਸੇ ਦੀ ਨਹੀਂ ਹੁੰਦੀ, ਕਿਉਂਕਿ ਬੇਜ਼ੁਬਾਨ ਹੈ, ਗਲੀਆਂ 'ਚ ਘੁੰਮਦਾ ਹੈ, ਉਹਨਾਂ ਦੇ ਕੋਲ ਨਹੀਂ ਹੈ ਦਿਮਾਗ। ਪਰ ਜਿਹੜੇ ਲੋਕ ਇਹ ਦਾਅਵਾ ਕਰਦੇ ਨੇ ਕਿ ਅਸੀਂ ਵੱਡੀਆਂ ਵੱਡੀਆਂ ਗਊਸ਼ਾਲਾ ਖੋਲੀਆਂ ਨੇ, ਅਸੀਂ ਕਈ ਗਊਆਂ ਨੂੰ, ਹਜ਼ਾਰਾਂ ਲੱਖਾਂ ਗਊਆਂ ਨੂੰ ਰੋਜ਼ਾਨਾ ਪਾਲਦੇ ਹਾਂ, ਪਰ ਇਹਨਾਂ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ, ਜਿਹੜੇ ਵੱਡੇ ਵੱਡੇ ਲੀਡਰ ਦਾਅਵੇ ਕਰਦੇ ਨੇ, ਉਹ ਖੋਖਲੇ ਉਸ ਸਮੇਂ ਸਾਬਤ ਹੁੰਦੇ ਨੇ ਜਦ ਇਹੋ ਜਿਹੀ ਘਟਨਾ ਵਾਪਰਦੀ ਹੈ। ਦੇਖ ਸਕਦੇ ਹੋ ਕਿ ਬਜ਼ੁਰਗ ਆਪਣੇ ਘਰ ਤੋਂ ਬਾਹਰ ਨਿਕਲੀ ਸੀ, ਉਸਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਸਦੇ ਨਾਲ ਇਹ ਕੁਝ ਹੋਣ ਵਾਲਾ ਹੈ, ਕਿਉਂਕਿ ਬਜ਼ੁਰਗ ਬੀਬੀ ਘਰੋਂ ਜਿਵੇਂ ਹੀ ਬਾਹਰ ਨਿਕਲੀ, ਉਸਨੂੰ ਨਹੀਂ ਪਤਾ ਸੀ ਕਿ ਉਸਦੇ ਪਿੱਛੇ ਭੱਜਦੀ ਹੋਈ ਇੱਕ ਗਾਂ ਆ ਰਹੀ ਹੈ। ਗਾਂ ਸਿੱਧੀ ਆ ਕੇ ਬੀਬੀ ਦੀ ਪਿੱਠ ਦੇ ਵਿੱਚ ਟਕਰਾਉਂਦੀ ਹੈ, ਬੀਬੀ ਉੱਡਦੀ ਹੋਈ ਦੇਖੋ ਕਿੰਨੀ ਦੂਰ ਜਾ ਕੇ ਡਿੱਗੀ, ਜਿਸ ਕਰਕੇ ਬੀਬੀ ਦੀ ਠੁੱਡੀ 'ਤੇ ਵੀ ਸੱਟ ਲੱਗੀ ਆ, ਅਤੇ ਹੋਰ ਵੀ ਕਈ ਹੱਡੀਆਂ 'ਤੇ ਸੱਟਾਂ ਲੱਗੀਆਂ ਨੇ, ਡੂੰਘੀਆਂ ਸੱਟਾਂ ਲੱਗੀਆਂ ਨੇ। ਇਸ ਉਮਰੇ ਕਾਫੀ ਗਹਿਰੀ ਸੱਟਾਂ ਲੱਗੀਆਂ ਨੇ ਬੀਬੀ ਨੂੰ, ਅਤੇ ਤਾਂ ਦੱਸਦੀ ਹੈ ਕਿ ਮਾਮਲਾ ਫਰੀਦਾਬਾਦ ਦੇ ਪਿੰਡ ਅਣਖੀਰ ਤੋਂ ਸਾਹਮਣੇ ਆ ਰਿਹਾ ਹੈ, ਦਿੱਲੀ ਦੇ ਨਾਲ ਲੱਗਦਾ ਫਰੀਦਾਬਾਦ। ਇਸੇ ਫਰੀਦਾਬਾਦ ਦੇ ਅੰਦਰ 3 ਗਊਸ਼ਾਲਾ ਨੇ, ਪਰ ਇਸ ਹਾਦਸੇ ਦਾ ਹੁਣ ਜ਼ਿੰਮੇਵਾਰ ਕੌਣ ਹੈ, ਕਿਉਂਕਿ ਗਾਵਾਂ ਹਾਲੇ ਵੀ ਹਰੇਕ ਇਲਾਕੇ ਦੇ ਵਿੱਚ ਗਲੀਆਂ 'ਚ ਘੁੰਮਦੀਆਂ ਦਿਖਾਈ ਅਕਸਰ ਦੇ ਜਾਂਦੀਆਂ ਨੇ, ਅਤੇ ਕੁੱਤਿਆਂ ਦੀ ਤਾਂ ਗੱਲ ਹੀ ਛੱਡ ਦਿਓ। ਤੁਹਾਡਾ ਕੀ ਕਹਿਣਾ ਇਸ ਬਾਰੇ ਕਿ ਗਾਵਾਂ ਦਾ ਸਹੀ ਢੰਗ ਦੇ ਨਾਲ ਟਿਕਾਣਾ ਹੋਣਾ ਚਾਹੀਦਾ ਹੈ? ਜਿਹੜੇ ਲੋਕ ਗਊਸ਼ਾਲਾ ਖੋਲ੍ਹ ਕੇ ਸਰਕਾਰ ਤੋਂ ਪੈਸੇ ਲੈਂਦੇ ਨੇ, ਫੰਡਿੰਗ ਲੈਂਦੇ ਨੇ, ਵੱਡੀ ਵੱਡੀ ਥਾਵਾਂ ਅਲੋਟ ਕਰਵਾਉਂਦੇ ਨੇ, ਉਹ ਇਹਨਾਂ ਗਾਵਾਂ ਨੂੰ ਆਪਣੀ ਗਊਸ਼ਾਲਾ 'ਚ ਕਿਉਂ ਨਹੀਂ ਰੱਖਦੇ? ਕੀ ਇਹਨਾਂ ਗਾਵਾਂ ਦਾ ਦੁੱਧ ਸੁੱਕ ਜਾਂਦਾ ਹੈ, ਜਾਂ ਫਿਰ ਗੱਲ ਕੋਈ ਹੋਰ ਹੈ? ਇਹ ਸਵਾਲ ਲੋਕਾਂ ਦੇ ਵੱਲੋਂ ਖੜੇ ਕੀਤੇ ਜਾਂਦੇ ਨੇ। ਆਓ ਕਮੈਂਟ ਕਰਕੇ ਆਪਣੇ ਸਵਾਲ ਪੁੱਛੋ ਅਤੇ ਸਰਕਾਰ ਤੱਕ ਪਹੁੰਚਾਓ ਇਹ ਵੀਡੀਓ। ਹਾਂ ਸਰ, ਸਰ ਯਹਾਂ ਪੇ ਛੋਟਾ ਸਾ ਪ੍ਰੋਗਰਾਮ ਥਾ, ਉਸ ਪ੍ਰੋਗਰਾਮ ਮੇਂ ਉਹ ਸਰੀ ਖੋਨੇ ਆਈ ਥੀ, ਔਰ ਯਹਾਂ ਸੇ ਗਾਏ ਭਗਤੀ ਹੋਈ ਆਈ ਥੀ, ਸ਼ਾਇਦ ਉਸ ਵਿੱਚ ਕੁੱਤੇ ਲਗੇ ਹੋਏ ਥੇ, ਔਰ ਨਾ ਗਾਏ ਇਸ ਤਰ੍ਹਾਂ ਬੇਸੁੱਧ ਹੋ ਕੇ ਨਹੀਂ ਭਗਤੀ ਹੈ, ਔਰ ਉਹ ਬਸ ਇਤਫਾਕ ਲਗਾ ਲਓ ਉਹ ਗਾਏ ਕੇ ਲਪੇਟੇ ਮੇਂ ਆ ਗਈ ਵੋ, ਵਰਨਾ ਗਾਇਕ ਸਮੁੰਦਰ ਪ੍ਰਾਣੀ ਹੈ, ਬਸ ਕੇ ਚਲਤਾ ਹੈ, ਔਰ ਉਨਕੇ ਲਪੇਟੇ ਮੇਂ ਆ ਕੇ ਦੇਖੋ ਜਬ ਜਾਨ ਆਫਤ ਮੇਂ ਆਤੀ ਹੈ ਤੋ ਆਦਮੀ ਬੇਸੁੱਧ ਹੋ ਕੇ ਭਾਗਤਾ ਹੈ। ਕੌਣ ਹੈ ਵੋ ਮਹਿਲਾ, ਕਿਤਨੀ ਉਮਰ ਹੈ, ਔਰ ਅਬ ਉਸਕੀ ਹਾਲਤ ਕੈਸੀ? ਉਨਕਾ ਨਾਮ ਰਮੇਸ਼ ਹੈ, ਔਰ ਤਕਰੀਬਨ ਉਨਕੀ ਏਜ 70 ਕੇ ਆਸ ਪਾਸ ਹੈ,
और अब वो घर पे भी हैं, उनको बेटर फील कर रही हैं, वो दवाई दवा चल रही है उनकी, थोड़ी बहुत चोटें आई थी हैं। काशी को भरती रहूँ बोलो मत मानिए बेटा, तो मैं यो भी मेरा गाय बंद रही है, मैं जब भी गाय को मैंने इंटर कह दी हुआ काम आ रही है। आपके भाग में लिखो हो तो एक दिन और चमन के होंगे रीबू चमन का, जब तो मैं इतनी नहीं रखी तब तक मेरे पास गिरा है ये। अब मैंने कई बार इनमें मोहित प्यार है, अब मैंने कई बार मारो तो भाई बहुत तुम न्यू ले जाओ, मैं समझ लिया मेरे मैं बताऊं, और मैं जब न्यू ये भैया गिरती मर जब ये गाय मार रही। शुक्र है राम जी का, बड़ा हाथ से होने से टल गया चमन की बहू ने, वो बंद कर दिया वो खुला करने गए हो, अब एक ये भाई एक भगवान का गए दो एक देखिए, हमारी एक स्पेशल स्ट्रे एनिमल कैचिंग स्क्वाड है जिसमें हमारे एएसआई हैं जो उसका कार्य देख रहे हैं, दो व्हीकल्स हमने स्पेशली इसी के लिए डिप्लॉय किए हैं, जहाँ कहीं भी इस तरह की स्ट्रे एनिमल्स की आवारा पशुओं की शिकायत आती है तो तुरंत हमारी गाड़ियाँ जाती हैं। तीन गौशालाएँ हैं, एक है सूरजगुंड रोड पे गोपाल गौशाला, एक मवई नहर पार और तीसरा ऊंचा गांव बल्लभगढ़, तीन गौशालाएं शालाओं से हमारा टाई अप है, उनको हर महीने वित्तीय सहायता भी देते हैं ताकि वो जो भी इस तरह का गोवंश हम वहाँ भेजते हैं उसके चारे वगैरह की वो समुचित व्यवस्था कर पाए। मतलब कि आप नगर निगम के अधिकारी बहुत कुछ कर रहे हैं लेकिन फिर भी आए दिन कोई ना कोई हादसा होता ही रहता है, तो इसके लिए क्या अभियान को और ज़्यादा तेज किया जाएगा? बिल्कुल, ऐसा अगर आपके भी नॉलेज में है कहीं कि इस तरह की कंप्लेन किसी एरिया में पर्टिकुलरली ज़्यादा हैं तो वी विल फोकस ऑन दोज एरियाज मोर पर्टिकुलरली।